ਜਿੱਥੇ ਪੰਜਾਬੀ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਪੰਜਾਬੀ ਮੇਲ ਸਿੰਗਰਜ਼ ਦੀ ਗੱਲ ਪਹਿਲਾਂ ਹੁੰਦੀ ਹੈ ਇਹ ਕੱਲੇ ਗੀਤਾਂ ਚ ਹੀ ਨਹੀਂ ਬਲਕਿ ਫਿਲਮਾਂ ਜਾਂ ਖੇਡਾਂ ਜਾਂ ਕਿਸੇ ਵੀ ਖੇਤਰ ਵਿੱਚ ਜ਼ਿਆਦਾਤਰ ਮੁੰਡਿਆਂ ਦੀ ਹੀ ਗੱਲ ਹੁੰਦੀ ਹੈ ਕਿਸੇ ਵੀ ਖੇਤਰ ਵਿੱਚ ਜੇ ਮੁੰਡੇ ਅੱਗੇ ਨੇ ਤਾਂ ਕੁੜੀਆਂ ਵੀ ਉਹਨਾਂ ਖੇਤਰਾਂ ਵਿੱਚ ਮੱਲਾ ਮਾਰ ਰਹੀਆਂ ਨੇ ਚਾਹੇ ਉਹ ਖੇਡਾਂ ਹੋਣ ਚਾਹੇ ਫਿਲਮਾਂ ਹੋਣ ਜਾਂ ਗੀਤ ਹੋਣ ਸਾਡੀਆਂ ਕਿੰਨੀਆਂ ਹੀ ਪੰਜਾਬੀ ਫਿਲਮਾਂ ਵਿੱਚ ਕੁੜੀਆਂ ਨੇ ਮੇਨ ਕਿਰਦਾਰ ਨਿਭਾਏ ਨੇ ਅਤੇ ਉਹ ਫਿਲਮਾਂ ਸੁਪਰ ਹਿੱਟ ਸਾਬਤ ਵੀ ਹੋਈਆਂ ਨੇ ਅੱਜ ਇਡੀ ਵੀਡੀਓ ਵਿੱਚ ਪੰਜਾਬੀ 뮤ਜ਼ਿਕ ਇੰਡਸਟਰੀ ਦੀਆਂ ਫੀਮੇਲ ਸਿੰਗਰਜ਼ ਬਾਰੇ ਗੱਲ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪੰਜਾਬੀ ਸਿੰਗਰ ਅਫਸਾਨਾ ਖਾਨ ਨੇ ਕਿੰਨੇ ਹੀ ਹਿੱਟ ਗੀਤ 뮤직 ਇੰਡਸਟਰੀ ਦੀ ਝੋਲੀ ਪਾਏ ਮੈਂ ਅਫਸਾਨਾ ਖਾਨ ਦਾ ਪਹਿਲਾ ਗੀਤ ੱਕਾ ਸੁਣਿਆ ਸੀ ਜੋ ਕਿ ਸਿੱਧੂ ਮੂਸੇ ਵਾਲੇ ਨਾਲ ਆਇਆ ਸੀ ਇਸ ਤੋਂ ਬਾਅਦ ਮੈਂ ਨੇ ਅਫਸਾਨਾ ਖਾਨ ਦੇ ਕਈ ਗੀਤ ਸੁਨੇ ਜੋ ਕਿ ਹੋਰ ਸਿੰਗਰਾਂ ਨਾਲ ਰਿਲੀਜ਼ ਹੋਏ ਸੀ ਪੰਜਾਬੀ 뮤직 ਇੰਡਸਟਰੀ ਵਿੱਚ ਅਫਸਾਨਾ ਖਾਨ ਇੱਕ ਵੱਡਾ ਨਾਮ ਹੈ ਰਹਿਣ ਦੇ ਤੁ ਜੱਟ ਹੱਥ ਜਿੱਥੇ ਪੰਜਾਬੀ ਡਿਊਟ ਗੀਤਾਂ ਦੀ ਗੱਲ ਆਉਂਦੀ ਹੈ ਤਾਂ ਗੁਰਲੇਜ ਅਖਤਰ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਅੱਜ ਕੱਲ੍ਹ ਦੇ ਹਰ ਇੱਕ ਤੀਜੇ ਗੀਤ ਵਿੱਚ ਗੁਰਲੇਜ ਅਖਤਰ ਦੀ ਵੋਕਲ ਸਾਨੂੰ ਸੁਣਨ ਨੂੰ ਮਿਲ ਜਾਂਦੀ ਹੈ ਸਿੱਧੂ ਮੂਸੇਵਾਲਾ ਤੇ ਕਰਨ ਔਜਲੇ ਵਰਗੇ ਕਿੰਨੇ ਹੀ ਮਸ਼ਹੂਰ ਸਿੰਗਰਾਂ ਨਾਲ ਗੁਰਲੇਜ ਅਖਤਰ ਨੇ ਕੰਮ ਕੀਤਾ ਹੈ ਹਿੱਟ ਗੀਤ ਦੀ ਝੜੀ ਲਾਉਣ ਵਿੱਚ ਗੁਰਲੇਜ ਅਖਤਰ ਦਾ ਨਾਮ ਇੰਡਸਟਰੀ ਦੇ ਟੌਪ ਆਰਟਿਸਟਾਂ ਵਿੱਚ ਆਉਂਦਾ ਹੈ ਪੰਜਾਬੀ ਗੀਤਾਂ ਵਿੱਚ ਨੀਮੋ ਨੇ ਆਪਣੇ ਗੀਤਾਂ ਨਾਲ ਸਾਰਿਆਂ ਨੂੰ ਹੈਰਾਨ ਕੀਤਾ ਹੈ। ਉਹਨਾਂ ਦਾ ਅੱਜਕੱਲ੍ਹ ਅੱਜਕੱਲ੍ਹ ਟਾਈਮ ਚੱਕਦਾ ਤੇ ਸੁਪਨਾ ਲਾਮਾਂ ਦਾ ਵਰਗੇ ਬਹੁਤ ਸਾਰੇ ਗੀਤਾਂ ਨੇ ਉਚਾਈਆਂ ਦੇ ਸ਼ਿਖਰਾਂ ਨੂੰ ਸੋਇਆ ਹੈ। ਇਹਨਾਂ ਦੇ ਗੀਤ ਬਹੁਤ ਵੱਡੇ ਹਿੱਟ ਰਹੇ ਨੇ। ਅੱਜ ਦੇ ਟਾਈਮ ਵਿੱਚ ਵੀ ਇਹਨਾਂ ਦੇ ਗੀਤਾਂ ਨੂੰ ਆਡੀਅנס ਵੱਲੋਂ ਭਰਮਾ ਹੁੰਗਾਰਾ ਮਿਲਦਾ ਹੈ। ਦਰਜਨਾ ਹਿੱਟ ਗੀਤ ਦੇਣ ਤੋਂ ਬਾਅਦ ਨਿਮਰਤ ਖੈਰਾ ਨੇ ਇੱਕ ਵੱਡੀ ਫਿਲਮ ਵੀ ਆਡੀਅנס ਦੀ ਝੋਲੀ ਪਾਈ ਹੈ। ਪੰਜਾਬੀ 뮤직 ਇੰਡਸਟਰੀ ਵਿੱਚ ਇੱਕ ਇਹੋ ਜਿਹੀ ਫੀਮੇਲ ਸਿੰਗਰ ਆਈ ਸੀ ਜਿਸ ਦਾ ਨਾਮ ਹਰ ਦੂਜੇ ਗੀਤ ਵਿੱਚ ਆਉਂਦਾ ਸੀ ਮਿਸ ਪੂਜਾ ਨੇ ਕਿੰਨੇ ਦਰਜਨਾ ਗੀਤ ਆਡੀਅன்ஸ் ਦੀ ਝੋਲੀ ਪਾਏ ਹਰੇਕ ਸਿੰਗਰ ਨਾਲ ਕਿਸੇ ਟਾਈਮ ਮਿਸ ਪੂਜਾ ਦਾ ਗੀਤ ਆਉਂਦਾ ਹੁੰਦਾ ਸੀ ਉਸ ਟਾਈਮ ਜਿਹੜੇ ਗੀਤ ਵਿੱਚ ਮਿਸ ਪੂਜਾ ਦੀ ਆਵਾਜ਼ ਆ ਜਾਂਦੀ ਸੀ ਉਹ ਗੀਤ ਹਿੱਟ ਹੋ ਜਾਂਦਾ ਸੀ ਮਿਸ ਪੂਜਾ ਦੇ ਹਰੇਕ ਮਹੀਨੇ ਵਿੱਚ ਦਰਜਨਾ ਹੀ ਗੀਤ ਆ ਜਾਂਦੇ ਸੀ ਤੇ ਸਾਰੇ ਗੀਤ ਬਲੌਕਬਸਟਰ ਸਾਬਿਤ ਹੁੰਦੇ ਸੀ ਇਹ ਸਿੰਗਰ ਪੰਜਾਬੀ ਸਰੋਤਿਆਂ ਨੂੰ ਹਮੇਸ਼ਾ ਯਾਦ ਰਹੂਗੀ ਸੋ ਇਹੀ ਸੀ ਮੇਰੀ ਵੀਡੀਓ ਵੀਡੀਓ ਕਿਵੇਂ ਲੱਗੀ ਜਰਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਾਕੀ ਤੁਹਾਡੇ ਪੰਜਾਬੀ ਫੀਮੇਲ ਸਿੰਗਰਜ਼ ਬਾਰੇ ਕੀ ਵਿਚਾਰ ਨੇ ਇਹ ਵੀ ਜਰਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੇ ਮੇਰੀ ਵੀਡੀਓ ਵਧੀਆ ਲੱਗੀ ਤੁਹਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਐਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ